ਉਦੇ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਮੇਰੇ ਪਿਤਾ ਬਲਵੀਰ ਸਿੰਘ ਜਾਖੜ ਨੇ MP ਦੀ ਸੀਟ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 6 ਕਰੋੜ ਰੁਪਏ ਦਿੱਤੇ ਹਨ। ਇਸ ਮੌਕੇ ਤੇ ਬੋਲਦਿਆਂ ਉਦੇ ਜਾਖੜ ਨੇ ਕਿਹਾ, ਮੇਰਾ ਨਾਮ ਉਦੇ ਜਾਖੜ ਹੈ, ਮੈਂ ਬਲਬੀਰ ਸਿੰਘ ਜਾਖੜ ਦਾ ਪੁੱਤਰ ਹਾਂ ਜੋ MP ਕੀ ਸੀਟ ਕੇ ਲੜ ਰਹੇ ਹੈ ਆਮ ਆਦਮੀ ਪਾਰਟੀ ਕੀ ਤਰਫ ਸੇ ਵੈਸਟ ਦਿੱਲੀ ਸੇ। ਆਜ ਮੈਂ ਆਪ ਸਭ ਕੇ ਸਾਹਮਣੇ ਆਇਆ ਹੂੰ ਇੱਕ ਸੱਚ ਬਤਾਨੇ ਕੇ ਲੀਏ। ਮੇਰੇ ਕੋ ਨਹੀਂ ਪਤਾ ਇਸਕੇ ਬਾਅਦ ਮੇਰੇ ਲਈ ਕਿਆ ਹੋਗਾ, ਮੇਰੇ ਪਰਿਵਾਰ ਕੇ ਲਈ ਕਿਆ ਹੋਗਾ, ਪਰ ਮੈਂ ਆਜ ਇਹ ਬਾਤ ਕਹਿ ਸਕਤਾ ਹੂੰ ਕਿ ਮੈਂ ਇਸ ਦੇਸ਼ ਕੇ ਨਾਗਰਿਕ ਹੋਣੇ ਕੇ ਨਾਤੇ ਮੈਨੇ ਸੋਚਾ ਇਹ ਬਹੁਤ ਬਤਾਨਾ ਬਹੁਤ ਜ਼ਰੂਰੀ ਥਾ ਕਿ ਮੇਰੇ ਜੋ ਫਾਦਰ ਹੈ ਸ਼੍ਰੀ ਬਲਬੀਰ ਸਿੰਘ ਜਾਖੜ, ਉਹਨਾਂ ਨੇ 6 ਕਰੋੜ ਰੁਪਏ ਸ਼੍ਰੀ ਅਰਵਿੰਦ ਕੇਜਰੀਵਾਲ ਕੋ ਦੀਏ MP ਕੀ ਸੀਟ ਲੈਣੇ ਕੇ ਲੀਏ ਫਰੋਮ ਵੈਸਟ ਦਿੱਲੀ ਕੋਨਸਟੀਟੂਐਂਸੀ। ਔਰ ਬਾਤ ਇਹ ਹੀ ਨਹੀਂ ਹੈ, ਉਹਨਾਂ ਅਬਸੇ ਕੁਛ ਟਾਈਮ ਪਹਿਲੇ ਜਬ ਮੈਨੇ ਉਹਨੇ ਕਿਹਾ ਥਾ ਕਿ ਮੇਰੇ ਕੋ ਪੈਸੇ ਕੀ ਜ਼ਰੂਰਤ ਹੈ ਮੇਰੀ ਪੜ੍ਹਾਈ ਪੂਰੀ ਕਰਨੇ ਕੇ ਲੀਏ, ਹਾਇਰ ਐਜੂਕੇਸ਼ਨ ਕੇ ਲਈ ਜਾਣੇ ਕੇ ਲੀਏ ਇੰਡੀਆ ਸੇ ਅਬਰੋਡ, ਤੋ ਉਹਨਾਂ ਨੇ ਇਸ ਚੀਜ਼ ਕੇ ਲਈ ਮਨਾ ਕਰ ਦਿਆ। ਉਹਨਾਂ ਨੇ ਸੋਚਾ ਵੋ ਪੈਸੇ ਵੋ ਇਲੈਕਸ਼ਨ ਮੇਂ ਲਗਾ ਪਾਏਂਗੇ, ਠੀਕ ਹੈ ਲਗਾਈਏ, ਪਰ ਇਸਸੇ ਜੋ ਜ਼ਿਆਦਾ ਇਸ ਦੇਸ਼ ਕੋ ਇਸ ਦੇਸ਼ ਕੇ ਨਾਗਰਿਕ ਕੋ ਡਰਾਨੇ ਵਾਲੀ ਬਾਤ ਹੈ, ਵੋ ਬਾਤ ਇਹ ਹੈ ਕਿ ਉਹਨਾਂ ਨੇ ਮੇਰੇ ਸੇ ਇਹ ਵੀ ਬਾਤ ਕਹੀ ਥੀ ਕਿ ਵੋ ਸੱਜਨ ਕੁਮਾਰ ਔਰ ਯਸ਼ਪਾਲ ਸਿੰਘ ਕੇ ਲੀਏ ਕੋਰਟ ਮੇਂ ਜਾਣੇ ਕੋ ਤਿਆਰ ਹੈ, ਉਨਕੀ ਬੇਲ ਕਰਾਨੇ ਕੋ ਤਿਆਰ ਹੈ। ਅਬ ਮੈਂ ਆਪਣੇ ਪਿਤਾ ਸ਼੍ਰੀ ਸੇ ਇਹ ਸਵਾਲ ਇਸ ਦੇਸ਼ ਕੇ ਸਾਹਮਣੇ ਪੁੱਛਣਾ ਚਾਹੂੰਗਾ ਕਿ ਉਨਕੇ ਇਸ ਦੇਸ਼ ਕੇ ਫਿਊਚਰ ਕੇ ਲੀਏ ਔਰ ਮੇਰੇ ਲਈ ਕਿਆ ਜ਼ਿਆਦਾ ਇੰਪੋਰਟੈਂਟ ਥਾ। ਦੋ ਕ੍ਰਿਮੀਨਲ ਜਿਨਕੋ ਹਮਾਰੀ ਦੇਸ਼ ਕੇ ਕੋਰਟਸ ਨੇ ਜੇਲ ਟਾਈਮ ਦੀਆ ਹੈ ਔਰ ਡੈਥ ਸੈਂਟੈਂਸ ਦੀਆ ਹੈ, ਉਨਕੋ ਜੇਲ ਸੇ ਛੁਡਾਨਾ ਜਾਂ ਮੇਰੀ ਐਜੂਕੇਸ਼ਨ? ਔਰ ਮੇਰਾ ਇਹ ਸਵਾਲ ਕੇਜਰੀਵਾਲ ਜੀ ਸੇ ਵੀ ਹੈ ਜੋ ਆਪਣੇ ਆਪ ਕੋ ਇੱਕ ਬੜੀ ਕਲੀਨ ਇਮੇਜ ਕੇ ਆਦਮੀ ਜੋ ਅੰਨਾ ਹਜ਼ਾਰੇ ਜੀ ਸੇ ਇਤਨੇ ਸਾਲੋਂ ਕੇ ਲਈ ਜੁੜੇ ਰਹੇ, ਜਿਨ੍ਹਾਂ ਨੇ ਦੇਸ਼ ਕੀ ਸੂਰਤ ਬਦਲ ਦੀ, ਕਿਆ ਅੱਜ ਵੋ 6 ਕਰੋੜ ਰੁਪਏ ਕੇ ਲਈ ਵਿਕ ਗਏ? ਕਿਆ ਉਹਨਾਂ ਨੇ ਹਮਾਰੇ ਦੇਸ਼ ਕੋ 6 ਕਰੋੜ ਰੁਪਏ ਕੇ ਲਈ ਵੇਚ ਦਿਆ? ਕਿਆ ਇਹ ਵੋ ਕਲੀਨ ਇਮੇਜ ਥੀ ਕੇਜਰੀਵਾਲ ਕੀ ਜਿਸਕੇ ਲਈ ਇਸ ਦਿੱਲੀ ਨੇ ਵੋਟ ਕੀਆ ਉਨਕੋ? ਮੇਰਾ ਇਹ ਹੱਥ ਜੋੜ ਕੇ ਆਗ੍ਰਹਿ ਹੈ ਇਸ ਦੇਸ਼ ਕੇ ਹਰ ਨਾਗਰਿਕ ਕੋ, ਆਪ ਥੋੜ੍ਹਾ ਧਿਆਨ ਦੀਜੀਏ, ਆਪ ਕਿਸ ਕੋ ਵੋਟ ਕਰਤੇ ਹੈ? ਇਹ ਐਸੇ ਲੋਕ ਹੈ ਜੋ ਆਪਣੇ ਪਰਿਵਾਰ ਕਾ ਧਿਆਨ ਨਹੀਂ ਰੱਖ ਪਾਏ, ਐਸੇ ਲੋਕ ਹੈ ਜੋ ਇਸ ਦੇਸ਼ ਕੋ 2 ਕੌੜੀ ਕੇ ਲਈ ਵੇਚ ਦੇਂਗੇ, ਆਪਣੇ ਲਈ ਨਹੀਂ ਆਏ ਹੈ, ਇਸ ਦੇਸ਼ ਕੋ ਵੇਚਣੇ ਕੇ ਲਈ ਆਏ ਹੈ, ਇਹ ਆਪਕਾ ਕੁਛ ਨਹੀਂ ਕਰੇਂਗੇ। ਆਪ ਦੇਖ ਲੀਜੀਏ ਜਨਵਰੀ ਸੇ ਪਹਿਲੇ ਬਲਬੀਰ ਸਿੰਘ ਜਾਖੜ ਕਾ ਕੋਈ ਵੀ ਰਿਕਾਰਡ ਨਹੀਂ ਹੈ ਪੋਲੀਟਿਕਸ ਕੇ ਅੰਦਰ, ਨਾ ਵੋ ਅੰਨਾ ਹਜ਼ਾਰੇ ਮੂਵਮੈਂਟ ਸੇ ਜੁੜੇ ਹੋਏ। ਤੋ ਮੇਰਾ ਸਵਾਲ ਇਹ ਹੈ, ਆਮ ਆਦਮੀ ਪਾਰਟੀ ਨੇ ਇਹ ਬਾਤ ਕਹੀ ਕਿ ਵੋ ਹਮਾਰੇ ਸਾਥ ਅੰਨਾ ਹਜ਼ਾਰੇ ਮੂਵਮੈਂਟ ਸੇ ਜੁੜੇ ਹੋਏ, ਕੋਈ ਐਵੀਡੈਂਸ ਹੈ ਇਸ ਚੀਜ਼ ਕਾ? ਇਹ ਵਹੀ ਲੋਕ ਹੈ ਜੋ ਹਮਾਰੇ ਆਰਮੀ ਸੇ ਸਰਜੀਕਲ ਸਟ੍ਰਾਈਕ ਕਾ ਐਵੀਡੈਂਸ ਪੁੱਛਤੇ, ਤੋ ਆਜ ਮੈਂ ਮਿਸਟਰ ਕੇਜਰੀਵਾਲ ਸੇ ਐਵੀਡੈਂਸ ਮੰਗਤਾ ਹੂੰ, ਕੋਈ ਐਵੀਡੈਂਸ ਹੈ ਕਿ ਮੇਰੇ ਫਾਦਰ ਅੰਨਾ ਹਜ਼ਾਰੇ ਮੂਵਮੈਂਟ ਸੇ ਜੁੜੇ ਹੋਏ ਥੇ? ਕੋਈ ਐਵੀਡੈਂਸ ਹੈ ਕਿ ਮੇਰੇ ਫਾਦਰ ਨੇ ਕਭੀ ਕੁਛ ਕਾਮ ਕੀਆ ਹੈ ਆਮ ਆਦਮੀ ਪਾਰਟੀ ਕੇ ਲੀਏ? ਐਸਾ ਕੋਈ ਐਵੀਡੈਂਸ ਹੈ ਹੀ ਨਹੀਂ। ਆਜ ਜਬ ਐਵੀਡੈਂਸ ਮੰਗਣੇ ਵਾਲੋ ਕੇ ਜੋ ਆਰਮੀ ਸੇ ਐਵੀਡੈਂਸ ਮੰਗਤੇ ਹੈ, ਅੱਜ ਉਨਸੇ ਐਵੀਡੈਂਸ ਮੰਗਾ ਜਾਏਗਾ, ਤੋ ਦੇਖੀਏ ਕੈਸੇ ਭਾਗੇਂਗੇ। ਇਹ ਵੋ ਚੋਰ ਹੈ ਜੋ ਆਪਣੇ ਪਰਿਵਾਰ ਵੇਚ ਗਏ, ਇਹ ਵੋ ਚੋਰ ਹੈ ਜੋ ਆਪਣੇ ਬੇਟੇ ਕੋ ਪੈਸਾ ਨਹੀਂ ਦੇ ਪਾਏ ਪੜ੍ਹਨੇ ਕੇ ਲੀਏ, ਇਹ ਵੋ ਚੋਰ ਹੈ ਜਿਨ੍ਹਾਂ ਨੇ ਇਸ ਦੇਸ਼ ਕੋ ਵੇਚ ਦਿਆ 6 ਕਰੋੜ ਕੇ ਲੀਏ, ਔਰ ਇਹ ਵੋ ਚੋਰ ਹੈ ਜੋ ਸੱਜਨ ਕੁਮਾਰ ਕੋ ਬਾਹਰ ਕਰਾਨੇ ਕੋ ਤਿਆਰ ਥੇ। ਮੇਰਾ ਦਿੱਲੀ ਕੇ ਲੀਏ ਮਤਦਾਤਾਓਂ ਸੇ ਇੱਕ ਆਗ੍ਰਹਿ ਹੀ ਹੈ ਕਿ ਕਿਆ ਆਪ ਇੱਕ ਐਸੇ ਆਦਮੀ ਕੋ ਜੋ ਆਪਣੇ ਪਰਿਵਾਰ ਕਿਆ ਆਪ ਇੱਕ ਐਸੇ ਆਦਮੀ ਕੋ ਵੋਟ ਦੇਂਗੇ ਜਿਸ ਨੇ ਹਮਾਰੇ ਸਿੱਖ ਭਾਈਓਂ ਕੋ ਵੇਚਣੇ ਕੀ ਕੋਸ਼ਿਸ਼ ਕੀ? ਕਿਆ ਆਪ ਇੱਕ ਐਸੇ ਆਦਮੀ ਕੋ ਵੋਟ ਦੇਂਗੇ ਜਿਸ ਨੇ ਕੋਈ ਕਾਮ ਇਸ ਦਿੱਲੀ ਰਾਜ ਕੇ ਲੀਏ ਨਹੀਂ ਕੀਆ? ਕਿਆ ਆਪ ਇੱਕ ਐਸੇ ਆਦਮੀ ਕੋ ਵੋਟ ਦੇਂਗੇ ਜਿਸ ਨੇ ਆਪਣੇ ਬੇਟੇ ਕੀ ਪੜ੍ਹਾਈ ਕੇ ਲੀਏ ਪੈਸੇ ਨਹੀਂ ਦੀਏ? ਕਿਆ ਆਪ ਇੱਕ ਐਸੇ ਪਾਰਟੀ ਕੋ ਵੋਟ ਦੇਂਗੇ ਜਿਸ ਨੇ ਐਸੇ ਆਦਮੀ ਕੋ ਖੜਾ ਕੀਆ? ਕਿਆ ਆਪ ਇੱਕ ਐਸੇ ਚੀਫ ਮਿਨਿਸਟਰ ਕੋ ਵੋਟ ਕਰੇਂਗੇ ਜਿਸ ਨੇ ਐਸੇ ਆਦਮੀ ਕੋ ਖੜਾ ਕੀਆ? ਕਿਆ ਆਪ ਮਿਸਟਰ ਕੇਜਰੀਵਾਲ ਕੀ ਬਾਤ ਕਭੀ ਫਿਰ ਸੁਣੇਂਗੇ ਜਿਸ ਨੇ ਬਿਨਾਂ ਸੋਚੇ ਬਿਨਾਂ ਸਮਝੇ ਬਿਨਾਂ ਹਿਸਟਰੀ ਦੇਖੇ ਉਸ ਆਦਮੀ ਕੀ ਉਸਕੋ ਇੱਕ ਬਾਰ ਮੈਂ 6 ਕਰੋੜ ਕੇ ਲਈ ਟਿਕਟ ਦੇ ਦੀ? ਔਰ ਇਹ ਹਮਾਰੇ ਦੇਸ਼ ਕੇ ਸਾਫ਼ ਨੇਤਾ ਹੈ, ਇਹ ਵੋ ਲੋਕ ਹੈ ਜੋ ਭ੍ਰਿਸ਼ਟਾਚਾਰ ਕਾ ਵਿਰੋਧ ਕਰਤੇ ਹੈ। ਆਜ ਮੇਰਾ ਆਗ੍ਰਹਿ ਦਿੱਲੀ ਕੇ ਹਰ ਨਾਗਰਿਕ ਕੋ ਯਹੀ ਹੈ, ਸੋਚ ਕੇ ਵੋਟ ਦੀਜੀਏਗਾ। ਮੇਰੇ ਔਰ ਮੇਰੇ ਜੈਸੇ ਕਈ ਲੱਖੋਂ ਕੇ ਫਿਊਚਰ ਆਜ ਆਪ ਲੋਕੋਂ ਕੇ ਹੱਥ ਮੇਂ ਹੈ, ਐਸੇ ਲੋਕੋਂ ਕੇ ਹੱਥ ਮੇਂ ਕਭੀ ਮਤ ਦੀਜੀਏਗਾ ਜੋ 6-6 ਕਰੋੜ ਕੀ ਜਗ੍ਹਾ ਆਪਕੋ ਵੇਚਾ ਹੈ। ਧੰਨਵਾਦ।